ਫਿਰੋਜ਼ਪੁਰ ਸ਼ਹਿਰ ਦੇ ਸੂਕੜ ਨਹਿਰ ਇਲਾਕੇ ਵਿੱਚ ਬਿਜਲੀ ਦੀ ਮੁਰੰਮਤ ਕਰਨ ਆਏ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੀ ਬਿਜਲੀ ਬੀਤੀ ਰਾਤ ਤੋਂ ਬੰਦ ਪਈ ਸੀ ਅਤੇ ਅਸੀਂ ਬਿਜਲੀ ਵਿਭਾਗ ਕੋਲ ਜਾ ਕੇ ਬਿਜਲੀ ਠੀਕ ਕਰਾਉਣ ਲਈ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਬਿਜਲੀ ਮਹਿਕਮੇ ਨੇ ਇਸ ਕਰਮਚਾਰੀ ਨੂੰ ਬਿਜਲੀ ਠੀਕ ਕਰਨ ਲਈ ਭੇਜ ਦਿੱਤਾ। ਜਿਵੇਂ ਹੀ ਇਹ ਟਰਾਂਸਫਾਰਮ 'ਤੇ ਚੜ੍ਹਿਆ ਤਾਂ ਹਾਈ ਵੋਲਟੇਜ ਤਾਰਾਂ ਨਾਲ ਬਿਜਲੀ ਦਾ ਕਰੰਟ ਲੱਗ ਗਿਆ ਔਰ ਕਰੰਟ ਇੰਨਾ ਭਿਆਨਕ ਲੱਗਾ ਕਿ ਇਹ ਵਿਅਕਤੀ ਟਰਾਂਸਫਾਰਮ ਉੱਪਰ ਹੀ ਕਾਫੀ ਦੇਰ ਤੱਕ ਸੜਦਾ ਰਿਹਾ, ਪਰ ਕੋਈ ਵੀ ਉਸਦੀ ਜਾਨ ਬਚਾ ਨਾ ਸਕਿਆ। ਤੁਰੰਤ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਪਰ ਮੌਕੇ 'ਤੇ ਹੀ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਵਿਭਾਗ ਵਿੱਚ ਕੰਮ ਕਰ ਰਿਹਾ ਹੈ ਅਤੇ ਉਸਦੀ ਉਮਰ 36 ਸਾਲ ਹੈ। ਪਰਿਵਾਰਕ ਮੈਂਬਰਾਂ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੀ ਨਾਂ ਤੁਹਾਡਾ? ਮੇਰਾ ਨਾਮ ਦਰਸ਼ਨ ਆ। ਦਰਸ਼ਨ ਇਹ ਆਪਣਾ ਲੜਕਾ ਸੀਗਾ, ਇਹ ਮੇਰੇ ਮਾਮੇ ਦਾ ਪੁੱਤਰ ਹੈ। ਮਾਮੇ ਦਾ ਪੁੱਤਰ? ਹਾਂ। ਇਹਨੂੰ ਕੀ ਹੋਇਆ ਜਿਹੜਾ? ਕੋਈ ਨਹੀਂ, ਖੜਾ 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 ਖੜਾ। ਕਿਹਨਾਂ ਨਾਲ ਲੱਗਾ ਇਹ? ਬਿਜਲੀ ਨਾਲ ਲੱਗਾ ਸੀ। ਠੇਕੇ ਤੇ? ਜੋਤੀ ਕਹਿੰਦੇ ਨਾ ਜਤਿੰਦਰ ਸਿੰਘ। ਹਾਂਜੀ। ਰਮੇਸ਼ ਹੈ ਜੀ ਮੇਰਾ ਨਾਂ। ਰਮੇਸ਼, ਕਿੱਥੋਂ ਦੇ ਰਹਿਣ ਵਾਲੇ? ਅਸੀਂ ਇੱਥੋਂ ਦੇ ਰਹਿਣ ਵਾਲੇ ਜੀ, ਸੁੱਕੜ ਨਹਿਰ। ਇਹ ਜੀ ਅਸੀਂ ਥੱਲੇ ਤਾਰ ਰਾਤ ਦੀ ਖਰਾਬ ਹੋਈ ਪਈ ਸੀ। ਅਸੀਂ ਜ਼ਈ ਨੂੰ ਜਾ ਕੇ ਕਿਹਾ ਵੀ ਸੀ ਭਾਈ ਤਾਰ ਜੋੜਨੀ ਹੈ, ਅਤੇ ਬੱਚਾ ਇੱਥੇ ਆਇਆ, ਤਾਰ ਜੋੜ ਰਿਹਾ ਸੀ, ਥੱਲੇ ਤਾਰ ਜੋੜ ਦਿੱਤੀ ਸੀ, ਫਿਰ ਸਾਡੇ ਸਾਹਮਣੇ ਅਸੀਂ ਲੈ ਕੇ ਆਏ, ਵਿਚਾਰਾ ਉੱਪਰ ਚੜ ਗਿਆ। ਲਾਈਟ ਨਹੀਂ ਆ ਰਹੀ ਸੀ? ਹਾਂਜੀ, ਰਾਤ ਦੀ ਲਾਈਟ ਨਹੀਂ ਆ ਰਹੀ ਸੀ। ਹਾਂਜੀ, ਰਿਪੋਰਟ ਲਿਖਾਈ ਹੋਈ ਸੀ ਸਾਡੀ, ਆਏ ਨਹੀਂ ਠੀਕ ਕਰ। ਉਹ ਜਦੋਂ ਇਹ ਬੱਚੇ ਆਏ ਨੇ, ਤਾਰ ਜੋੜ ਰਹੇ ਸੀ ਥੱਲੇ ਦੀ, ਥੱਲੋਂ ਤਾਰ ਜੋੜ ਕੇ ਇੱਧਰ ਆ ਗਏ ਸੀ, ਤਾਰ ਜੋੜਨੀ ਸੀ ਕੋਈ ਇਹਨਾਂ ਨੇ। ਜਦੋਂ ਉੱਪਰ ਚੜਿਆ ਬੱਚਾ, ਤੇ ਇਕਦਮ ਜਦੋਂ ਪਲਾਜ਼ਾ ਪਾਇਆ ਸਾਡੇ ਸਾਹਮਣੇ, ਵਿਚਾਰਾ ਇਸ ਤਰ੍ਹਾਂ ਜੀ, ਇਕਦਮ ਕੁਝ ਕਹਿ ਨਹੀਂ ਸਕਦੇ ਅਸੀਂ। ਹਾਂਜੀ, ਉੱਪਰ ਵੱਡੀ ਲਾਈਨ ਹੈ ਜੀ, ਤੇ ਉਸ ਤੋਂ ਬਾਅਦ ਅਸੀਂ ਬੰਦਾ ਭੇਜਿਆ ਉੱਥੇ, ਮੈਂ ਕਿਹਾ ਭੱਜ ਕੇ ਜਾਓ, ਲਾਈਟ ਬੰਦ ਕਰਾਓ। ਜਦੋਂ ਉਹਨਾਂ ਨੂੰ ਜਾ ਕੇ ਕਿਹਾ ਦਫ਼ਤਰ ਦੇ ਵਿੱਚ ਬਈ ਲਾਈਟ ਬੰਦ ਕਰ ਦਿਓ, ਇੱਕ ਬੰਦਾ ਬੱਚਾ ਮਰ ਗਿਆ ਉੱਪਰ ਲਟਕ ਕੇ, ਸਾਡੇ ਅੱਖਾਂ ਦੇ ਸਾਹਮਣੇ ਸਾਡੀ ਫਿਲਮ ਵੀ ਬਣਾਈ ਜਿਵੇਂ ਜਿਵੇਂ ਮਰਿਆ ਹੈ। ਤੇ ਉਹ ਪੁੱਛਦੇ ਨੇ ਉਹ ਮੁਲਾਜ਼ਮ ਹੈ ਕਿ ਜੇ ਪ੍ਰਾਈਵੇਟ, ਉਹ ਕਿਆ ਕਿਸੇ ਮਾਂ ਦਾ ਲਾਲ ਨਹੀਂ ਹੈਗਾ? ਜਿਹੜੇ ਸਰਕਾਰੀ ਤਾਂ ਹੱਥ ਤੇ ਹੱਥ ਰੱਖ ਕੇ ਬਹਿ ਜਾਂਦੇ ਨੇ, ਜਿਹੜਾ ਮਾੜਾ ਮੋਟਾ ਵਿਚਾਰੇ ਪ੍ਰਾਈਵੇਟ ਆ ਕੇ ਕੰਮ ਕਰਦੇ ਨੇ। ਹਾਂਜੀ, ਆਹ ਕੀ ਚੱਕਰ ਹੈ ਜੀ? ਅਸੀਂ ਆਪ ਕਹਿਣ ਗਏ ਤੇ ਸਾਡੀ ਸੁਣੀ ਨੀ, ਤੇ ਹਾਲੇ ਤੱਕ ਕੋਈ ਕਾਨੂੰਨ ਨਹੀਂ ਪਹੁੰਚਿਆ ਇੱਥੇ। ਇਹਨੂੰ ਘੱਟ ਤੋਂ ਘੱਟ ਜੀ 2-2.5 ਘੰਟੇ ਹੋ ਗਏ ਸੀ, ਘੰਟਾ ਡੇਢ ਘੰਟਾ ਹੋ ਗਿਆ ਹੁਣ, ਕੋਈ ਨੀ ਆਇਆ ਜੀ। ਇਹ ਤੁਸੀਂ ਆਏ ਹੋ, ਸਾਡੀ ਇਹੀ ਮੰਗ ਹੈ ਹੱਥ ਜੋੜ ਕੇ, ਉਸ ਬੱਚੇ ਨੂੰ ਇਨਸਾਫ਼ ਮਿਲਿਆ ਜਾਵੇ, ਉਹ ਮਾਂ ਨੂੰ ਇਨਸਾਫ ਮਿਲਿਆ ਜਾਵੇ, ਜਿਹੜਾ ਕਿ ਸਰਕਾਰੀ ਇਹ ਬੱਚਾ ਇੱਥੇ ਤਾਰ ਜੋੜਨ ਵਾਸਤੇ ਲੋਕਾਂ ਨੂੰ ਲਾਈਟ ਬੰਦ ਕੀਤੀ ਨਹੀਂ, ਉੱਪਰ ਲਟਕ ਗਿਆ ਬੱਚਾ, ਕੁਰਬਾਨ ਹੋ ਗਿਆ, ਹਿੰਦੁਸਤਾਨ ਦਾ ਬੇਟਾ ਕੁਰਬਾਨ ਹੋ ਗਿਆ, ਜਿਹੜਾ ਸਾਰਿਆਂ ਨੂੰ ਠੱਡੀਆਂ ਛਾਵਾਂ। ਰਮੇਸ਼ ਕੁਮਾਰ ਜੀ। ਰਮੇਸ਼ ਕੁਮਾਰ ਕਿੱਥੋਂ ਦਾ ਰਹਿਣ ਵਾਲੇ? ਸੋਕੜ ਨਹਿਰ ਦੇ ਜੀ। 30-32 ਸਾਲ ਦੀ ਉਮਰ ਹੈ ਜੀ। ਇਹ ਜੀ ਬਿਜਲੀ ਠੀਕ ਕਰਨ ਗਿਆ ਸੀਗਾ, ਪਿੱਛੋਂ ਲਾਈਨ ਬੰਦ ਸੀ, ਫਿਰ ਇਹਨਾਂ ਨੇ ਕਿਹਾ ਵੀ ਲਾਈਨ ਬੰਦ ਹੈ, ਲਾਈਨ ਬੰਦ ਨਹੀਂ ਸੀਗੀ, ਲਾਈਟ ਬੰਦ ਸੀਗੀ, ਪਿੱਛੋਂ ਘਰਾਂ ਦੀ ਬੰਦ ਸੀ, ਘਰਾਂ ਦੀ ਤਾਂ ਕਨੈਕਸ਼ਨ ਨਹੀਂ ਸੀਗਾ ਜੀ, ਲਾਈਟ ਬੰਦ ਦੋ ਕੱਲ ਦੀ ਬੰਦ ਹੈਗੀ, ਤੇ ਤਾਰ ਠੀਕ ਕਰਕੇ ਥੱਲੋਂ ਚਲਾ ਗਿਆ, ਫਿਰ ਉੱਥੇ ਕਨੈਕਸ਼ਨ ਲਾਉਣ ਗਿਆ, ਪਿੱਛੋਂ ਜਿਹੜੇ ਕਨੈਕਸ਼ਨ ਲਾਉਣ ਗਿਆ ਉੱਥੋਂ ਜੇ ਟਰਾਂਸਫਾਰਮ ਦਾ ਕੋਈ ਕਨੈਕਸ਼ਨ ਨਹੀਂ ਕੱਟਿਆ ਗਿਆ, ਨਾ ਕੋਈ ਨਹੀਂ ਕੀਤਾ, ਜਿਹੜੇ ਨਾਲ ਦੇ ਮੁਲਾਜ਼ਮ ਸੀ ਉਹ ਵੈਸੇ ਹੀ ਡਰ ਕੇ ਭੱਜ ਗਏ, ਠੀਕ ਹੈ, ਬੱਚਾ ਇੱਥੇ ਵੈਸੇ ਵੈਸੇ ਸੜ ਗਿਆ, ਫਿਰ ਅਸੀਂ ਕਿਹਾ ਵੀ ਟਰਾਂਸਫਾਰਮ ਬੰਦ ਕਰੋ, ਫਿਰ ਅੱਗੋਂ ਇਹ ਕਿਹਾ ਵੀ ਇਹ ਪ੍ਰਾਈਵੇਟ ਬੰਦਾ ਹੈ ਜਾਂ ਸਰਕਾਰੀ ਬੰਦਾ, ਕੋਈ ਇਨਸਾਫ ਨਹੀਂ ਮਿਲਿਆ। ਦੂਸਰਾ ਫਿਰ ਅਸੀਂ ਕੰਪਲੇਂਟ ਕੀਤੀ ਸੀ ਵੀ ਇਹ ਜਿਹੜਾ ਟਰਾਂਸਫਾਰਮ ਹੈ ਜਿਹੜਾ ਕਦੇ ਵੀ ਡਿੱਗ ਸਕਦਾ, ਹਜ਼ਾਰਾਂ ਲੋਕ
खत्म हो सकते हैं, पर कोई कानून ने कोई कुछ नहीं किया ना किया। एक खंबा वो सामने है जोड़ा लोहे का है, उत्थे भी तारा लगिया लगिया ने, अगे 7 साल का बच्चा करंट लग के मर गया, उसकी भी कोई कार्रवाई नहीं की। 3-4 दिन हो गए, ये कोई बिजली बोर्ड आए है प्राइवेट बोर्ड बिजली बोर्ड है जी, बिजली बोर्ड लापरवाही करके अज हाँ जी मौत हुई है जी। ज्योति कहते बाग वाली बस्ती हबीब काली बस्ती सड़क के अगे रहा जी। हाँ जी हाँ जी, मैंने 3:30 बजे फोन किया जी, भी जो बिजली महकमे का इतने ट्रांसफार्म के बंदा लड़का पाया जी, असं मौके पर आए हैं जी, ठीक है, तो हूँ असं अगली कार्रवाई कर रहे हैं। नहीं जी ने उत्ते ट्रांसफार्म के मौत हो गई जो हूँ उत्तर ट्रांसफार्म उत्ते पैनी है। हाँ जी हूँ ला के अगली कार्रवाई करते हैं। हाँ जी जो बरवा बयान हाँ जी जिंद लापरवाही होगी उन्हें कार्रवाई की जाएगी।